ਗਰੁੱਪ ਆਫ ਕੰਪਨੀਜ਼ ਦੇ ਉਪਮੁਖੀ ਵਿਪੁਲ ਚਿਤਾਲੀਆ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ 17 ਮਾਰਚ ਤੱਕ CBI ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਏਜੰਸੀ ਨੇ ਭਾਰਤ ਪਰਤੇ ਚਿਤਾਲੀਆ ਨੂੰ ਮੁੰਬਈ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿੱਤਾ। ਇੱਥੇ CBI ਦਫ਼ਤਰ ਵਿੱਚ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਇਸ ਉਪਰੰਤ ਦੁਪਹਿਰ ਬਾਅਦ ਚਿਤਾਲੀਆ ਨੂੰ ਇੱਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ 17 ਮਾਰਚ ਤੱਕ CBI ਹਿਰਾਸਤ ਵਿੱਚ ਭੇਜ ਦਿੱਤਾ ਗਿਆ।